ਮਹਾਰਾਜ ਕਹਿੰਦੇ ਧਰਮੀ ਬਣਨਾ ਚਾਹੁੰਦਾ ਸੱਚਖੰਡ ਵਿੱਚ ਜਗ੍ਹਾ ਚਾਹੁੰਦਾ ਲੋਕ ਤੇ ਪ੍ਰਲੋਕ ਸੁਖੀ ਚਾਹੁੰਦਾ ਧਰਮ ਦੀ ਦੁਨੀਆਂ ਵਿੱਚ ਚਾਹੁੰਦਾ ਤੇਰੀ ਨੀਂਹ ਪੱਕੀ ਹੋ ਜੇ ਤੇ ਸਾਨੂੰ ਭੁੱਲਿਆਂ ਨੂੰ ਇਹੋ ਜਿਹਾ ਰਾਹ ਪਾਇਆ ਕਹਿੰਦੇ ਜਦ ਤੱਕ ਤੇਰੀ ਜ਼ਿੰਦਗੀ ਵਿੱਚ ਮਾਂ ਨਹੀਂ ਆਏਗੀ ਤੇ ਪੁੱਤਰ ਜਨਮ ਨਹੀਂ ਲੈ ਸਕਦਾ ਆਖੋ ਸਤਨਾਮ ਤੂੰ ਚਾਹੁੰਦਾ ਮੇਰੀ ਜ਼ਿੰਦਗੀ ਵਿੱਚ ਧਰਮ ਜਨਮ ਲੈ ਲਵੇ ਤੇ ਇਹੋ ਜਿਹਾ ਰਾਹ ਪਾਇਆ ਕਹਿੰਦੇ ਜੇ ਦਇਆ ਆਏਗੀ ਧਰਮ ਬਾਅਦ ਵਿੱਚ ਆਏ ਧਰਮ ਦਇਆ ਕਾ ਰੂਪ ਦਇਆ ਨੂੰ ਮਾਂ ਆਖਿਆ ਧਰਮ ਨੂੰ ਪੁੱਤਰ ਆਖਿਆ ਚਾਹੁੰਦਾ ਧਰਮ ਦੀ ਦੁਨੀਆਂ ਵਿੱਚ ਤੇਰੀ ਨੀਂਹ ਪੱਕੀ ਹੋਵੇ ਬਾਬਾ ਜੀ ਕਹਿੰਦੇ ਪਹਿਲੇ ਦਇਆ ਸਿਰ ਤੇ ਹੱਥ ਰੱਖ ਕੇ ਸਾਰੀ ਸੰਗਤ ਸੇਵਾ ਲੈਣੀ ਮਹਾਂਪੁਰਸ਼ਾਂ ਨੇ ਖੋਜੀਆਂ ਨੇ ਤਰ੍ਹਾਂ ਦੀ ਦਇਆ ਗਿਣੀ ਹੈ ਦੋ ਵੀਰਵਾਰ ਚ ਤਿੰਨ ਵੀਰਵਾਰ ਚ ਇੱਕ ਵੀਰਵਾਰ ਜਿਵੇਂ ਸਤਿਗੁਰੂ ਚਾਹੁਣ ਇਹਨੂੰ ਪ੍ਰਕਰਨ ਨੂੰ ਸੰਪੂਰਨ ਕਰਾਉਣ ਦਇਆ ਜਿਹੜੀ ਮੋਢੇ ਤੁਸੀਂ ਨੋਟ ਕਰੋ ਉਹਦੇ ਕੋਤਕ ਉਹੀ ਜਾਣੇ ਤੇ ਜਦੋਂ ਸ਼ਮਸ਼ੀਰ ਕੱਢ ਕੇ ਤੇ ਆਵਾਜ਼ ਦਿੱਤੀ ਨਾ ਇੱਕ ਸੀਸ ਚਾਹੀਦਾ ਤੇ ਉਹਦੀ ਲੀਲਾ ਉਹ ਜਾਣੇ ਕਿ ਪਹਿਲੇ ਆਈ ਵੀ ਦਇਆ ਹੀ ਹੈ ਆਪੋ ਸਤਨਾਮ ਕੀ ਨਾਂ ਤੇਰਾ ਦਇਆ ਸੀ ਪਹਿਲਾ ਨਾਮ ਦਇਆ ਰਾਮ ਸਿੰਘ ਸਿੰਘ ਦੂਜੀ ਨੋਟ ਕਰੋ ਧਰਮ ਹੈ ਆਪੋ ਸਤਨਾਮ ਧਰਮ ਚੰਦ ਉਹਦੀ ਲੀਲਾ ਵੇਖੋ ਦਇਆ ਮਾਂ ਏ ਸਾਡੇ ਸਾਰਿਆਂ ਦੇ ਜੀਵਨ ਵਿੱਚ ਇਹ ਆਏਗੀ ਤੇ ਧਰਮ ਦੀ ਨੀਂਹ ਪੱਕੀ ਹੋਏਗੀ ਦਇਆ ਛੇ ਤਰ੍ਹਾਂ ਦੀ ਹੈ ਖੋਜੀਆਂ ਨੇ ਗਿਣੀ ਪਹਿਲੀ ਤਰ੍ਹਾਂ ਦੀ ਦਇਆ ਕਿਹੜੀ ਹੈ ਜੀ ਸੇਵਾ ਲੈਣੀ ਪਹਿਲੀ ਦਇਆ ਹੈ ਕਿਸੇ ਤੇ ਸਰੀਰ ਕਰਕੇ ਦਇਆ ਕਰਨੀ ਸਰੀਰ ਕਰਕੇ ਇਹਦਾ ਅਰਥ ਸਮਝਿਓ ਕਿਸੇ ਤੇ ਸਰੀਰ ਕਰਕੇ ਦਇਆ ਕੇ ਤੁਹਾਡੇ ਰਾਹੀਂ ਦੂਜੇ ਨੂੰ ਸਰੀਰ ਕਰਕੇ ਸਹੂਲਤਾਂ ਮਿਲਣ ਆਪ ਜੀ ਦੇ ਰਾਹੀਂ ਦੂਸਰੇ ਨੂੰ ਸਰੀਰ ਕਰਕੇ ਕੋਈ ਸਹੂਲਤ ਮਿਲੇ ਇਹ ਪਹਿਲੀ ਦਇਆ ਕਿਸੇ ਤੇ ਸਰੀਰ ਕਰਕੇ ਦਇਆ ਕੁ
ਕੁਝ ਦ੍ਰਿਸ਼ਟਾਂਤ। ਹੁਣ ਜਿਵੇਂ ਕੋਈ ਬਹੁਤ ਪਿਆਸਾ, ਤੁਸੀਂ ਉਹਨੂੰ ਜਲ ਛਕਾਇਆ, ਇਹ ਉਹਦੇ ਤੇ ਸਰੀਰ ਕਰਕੇ ਦੇ ਰਿਹਾ। ਕੋਈ ਬਹੁਤ ਭੁੱਖਾ ਹੈ, ਤੁਸੀਂ ਪ੍ਰਸ਼ਾਦਾ ਛਕਾਇਆ, ਸਰੀਰ ਕਰਕੇ ਦੇ ਰਿਹਾ। ਤੁਹਾਡੇ ਬੱਚੇ ਦਾ ਜਨਮ ਦਿਨ ਹੈ ਤੇ ਤੁਹਾਡੇ ਮਨ ਵਿੱਚ ਆਇਆ ਵੀ ਮੈਂ 13 ਵਿਧਵਾ ਬੀਬੀਆਂ ਨੂੰ ਸੂਟ ਦੇ ਦਿਆਂ। ਜੋ ਤੁਸੀਂ ਸੂਟ ਦੇ ਰਹੇ ਹੋ, ਖਾਣਾ ਦੇ ਰਹੇ ਹੋ ਜਾਂ ਕੋਈ ਜਲ ਛਕਾ ਰਹੇ ਹੋ, ਉਹਨੂੰ ਸਰੀਰ ਕਰਕੇ ਸੁੱਖ ਮਿਲ ਰਿਹਾ। ਤੁਹਾਡੇ ਰਾਹੀਂ ਕਿਸੇ ਨੂੰ ਸਰੀਰ ਕਰਕੇ ਸੁੱਖ ਪ੍ਰਾਪਤ ਹੋਵੇ, ਇਹ ਹੈ ਪਹਿਲੀ ਦਇਆ, ਕਿਸੇ ਨੂੰ ਸਰੀਰ ਕਰਕੇ ਸੁੱਖ ਦੇਣਾ। ਕਈ ਵਾਰੀ ਗੱਲ ਸੁਣੀ ਤੇ ਲੰਘ ਗਈ, ਹਾਂਜੀ ਜੀ ਸਰੀਰ ਕਰਕੇ ਦਇਆ ਕਰਨੀ ਚਾਹੀਦੀ ਹੈ। ਪਰ ਕਈ ਵਾਰੀ ਰੱਬ ਧਰਤੀ ਤੇ ਇਹੋ ਜਿਹੇ ਇੰਸੀਡੈਂਟ ਕਰ ਦਿੰਦਾ ਕਿ ਉਹ ਇੰਸੀਡੈਂਟ ਸਾਡੇ ਜੀਵਨ ਦੀਆਂ ਬੈਟਰੀਆਂ ਚਾਰਜ ਕਰਦੇ ਹੈ। ਇੱਕ ਕੰਨੋਂ ਗੱਲ ਸੁਣ ਕੇ ਦੂਜੇ ਕੰਨੋਂ ਕੱਢਣ ਨਹੀਂ ਦਿੰਦੇ ਜਾਂ ਗੱਲ ਸਿਰ ਦੇ ਉੱਤੋਂ ਲੰਘਣ ਨਹੀਂ ਦਿੰਦੇ, ਉਹ ਇੰਸੀਡੈਂਟ ਨਾਲ ਗੱਲ ਅੰਦਰ ਵੱਸ ਜਾਂਦੀ ਹੈ ਕਿ ਕਿਸੇ ਦੇ ਸਰੀਰ ਕਰਕੇ ਦਇਆ ਕਰੀਏ ਤੇ ਐਡਾ ਵੱਡਾ ਫਲ ਹੈ, ਐਡਾ ਵੱਡਾ ਮਹੱਤਵ ਹੈ ਕਿਸੇ ਤੇ ਸਰੀਰ ਕਰਕੇ ਦਇਆ ਦੇ। ਇੱਕ ਦ੍ਰਿਸ਼ਟਾਂਤ ਹੈ ਇਤਿਹਾਸਕ, ਇਬਰਾਹੀਮ ਹੋਏ ਨੇ ਤੇ ਕਾਬੇ ਦਰਸ਼ਨ ਕਰਨ ਜਾ ਰਹੇ ਨੇ, ਕਾਬੇ ਮੱਕੇ ਹੱਜ ਕਰਨ ਲਈ। ਹੁਣ ਵੀ ਹੱਜ ਕਰਨ ਜਾਂਦੇ ਆਪ ਜੀ ਮੁਸਲਮਾਨ ਵੀਰ ਕਾਬੇ। ਇਹ ਇਤਿਹਾਸਕ ਜ਼ਿਕਰ ਹੈ ਕਿ ਜਿਹੜਾ ਕਾਬਾ ਹੈ ਨਾ, ਅਜੇ 60 ਮੀਲ ਦੂਰ ਹੈ। ਸ਼ਾਮ ਪੈ ਗਈ, ਕਹਿੰਦੇ ਇਬਰਾਹੀਮ ਮੁਖੀ ਸੀ, ਟੈਂਟ ਲੱਗ ਗਏ ਕਿ ਅੱਜ ਰਾਤ ਇੱਥੇ ਰੁਕਣਾ। ਇਹਨਾਂ ਦੇ ਟੈਂਟ ਵਿੱਚ ਇੱਕ ਗੁਲਾਮ ਲੜਕੀ ਰਾਵੀਆ, ਗੁਲਾਮ ਲੜਕੀ ਬਹੁਤ ਗਰੀਬ, ਪਰ ਲਿਖਿਆ ਭਜਨ ਬੰਦਗੀ ਨਾਲ ਭੇਜੀ ਹੋਈ ਲੜਕੀ ਰਾਵੀਆ। ਰਾਤ ਉੱਥੇ ਸਾਰੇ ਰੁਕੇ ਮੁਖੀ ਇਬਰਾਹੀਮ। ਜਦੋਂ ਕਹਿੰਦੇ ਸਵੇਰੇ ਚੱਲੇ, ਆਪਣਾ ਸਮਾਨ ਸੰਭਾਲਦੀ, ਸਵੇਰ ਵੇਲੇ ਜੁੜਦੀ ਸੀ ਰਾਵੀਆ ਚੁੜੀ, ਹੁਣ ਨੇਤਰ ਖੋਲੇ ਤੇ ਸਾਰੇ ਕੈਂਪ ਦਾ ਕੈਂਪ ਅੱਗੇ ਚੱਲ ਪਿਆ ਕਾਬੇ ਜਾਣ ਲਈ। ਇਹ ਵਿਚਾਰੀ ਨੇ ਆਪਣਾ ਸਮਾਨ ਸੰਭਾਲਿਆ, ਸਾਰਾ ਕੁਝ ਕੀਤਾ, ਉਹ 15-20 ਮਿੰਟ ਲੱਗੇ
ਸਾਥ ਅੱਗੇ ਨਿਕਲ ਗਿਆ। ਹੁਣ ਤੁਰਨ ਲੱਗੀ ਤੇ ਕਹਿੰਦੇ ਇੱਕ ਕੁੱਤੀ ਤੇ ਉਹਦੇ ਬੱਚੇ ਪਿਆਸ ਨਾਲ ਤੜਫਦੇ ਪਏ ਨੇ। ਹੱਕ ਸਤਨਾ ਖੂਹ, ਹੁਣ ਉਹ ਕੁੱਤੀ ਖੂਹ ਝਾਤੀ ਮਾਰਦੀ ਪਾਣੀ ਹੈਗਾ, ਪੀਵੇ ਕਿਵੇਂ, ਬੱਚਿਆਂ ਨੂੰ ਕਿਵੇਂ ਪਿਆਸ। ਇਹ ਜਿਹੜੀ ਰਾਵੀਆ ਲੜਕੀ ਹੋਈ ਹੈ ਗੁਲਾਮ, ਸੋਚਦੀ ਏ ਤੇਜ ਗਰਮ ਕਰਕੇ ਸਾਥ ਨੂੰ ਪਹੁੰਚਾਂ ਕਿ ਇਹਨਾਂ ਨੂੰ ਪਾਣੀ ਪਿਆਵਾਂ। ਦਇਆ ਸਰੀਰ ਕਰਕੇ ਮਨ ਵਿੱਚ ਆਇਆ ਇਹਨਾਂ ਨੂੰ ਪਿਆਸ ਨਾਲ ਤੜਫਦੇ ਪਏ ਨੇ, ਜੋ ਉਹਨਾਂ ਦੀ ਆਵਾਜ਼ ਨਿਕਲਦੀ ਹੈ ਪਿਆਸ ਵਿੱਚ। ਖੂਹ ਚੋਂ ਪਾਣੀ ਆਪੇ ਪੀ ਨਹੀਂ ਸਕਦੇ, ਦੇਖਦੇ ਪਏ ਨੇ, ਤਰਸਦੇ ਪਏ ਨੇ। ਕਹਿੰਦੇ ਉਹ ਗੁਲਾਮ ਲੜਕੀ ਰਾਵੀਆ ਨੇ ਸੋਚਿਆ ਵੀ ਇਹਨਾਂ ਨੂੰ ਪਾਣੀ ਪਿਆਇਆ ਜਾਵੇ। ਹੁਣ ਨੇੜੇ ਤੇੜੇ ਕੋਈ ਰੱਸੀ ਨਹੀਂ, ਕੋਈ ਡੋਲ ਨਹੀਂ, ਕੋਈ ਬਾਲਟੀ ਨਹੀਂ ਵੀ ਜਿਹੜੀ ਖੂਹ ਲਟਕਾਈ ਜਾਵੇ ਤੇ ਪਾਣੀ। ਇਸ ਰਾਵੀਆ ਲੜਕੀ ਨੇ ਆਪਣੀ ਚੁੰਨੀ ਉਹਨੂੰ ਪਾੜ ਕੇ ਨਾ ਜੀ ਰੱਸੀ ਬਣਾ ਰਹੀ। ਆਪਾਂ ਸਤਨਾ ਹਾਂ, ਇਤਿਹਾਸ ਚ ਕਈ ਲਫ਼ਜ਼ ਲਿਖੇ ਆ, ਕੇਸਾਂ ਬਾਰੇ ਵੀ ਲਿਖੇ ਆ ਤੇ ਹੋਰ ਵੀ, ਮੈਂ ਇਹ ਪੱਖ ਨਹੀਂ। ਥੱਲੇ ਕੱਪੜੇ ਦਾ ਗੁੱਛਾ ਬਣਾਇਆ ਚੁੰਨੀ ਦੀਆਂ ਲੀਰਾਂ ਕਰਕੇ, ਕੁਝ ਹੋਰ ਆਪਣੇ ਬਸਤਰ ਜਿਹੜੇ ਸੀ ਉਹਨਾਂ ਦੀਆਂ ਲੀਰਾਂ ਕਰਕੇ ਨਾ ਲੰਬੀ ਰੱਸੀ, ਅੱਗੇ ਕੱਪੜੇ ਦਾ ਗੁੱਛਾ, ਤੇ ਖੂਹ ਦੇ ਵਿੱਚੋਂ ਉਹਨੂੰ ਲਟਕਾਉਂਦੀ ਥੱਲੇ ਭੇਜਦੀ ਹੈ। ਉਹ ਜਿਹੜਾ ਕੱਪੜਿਆਂ ਦਾ ਗੁੱਛਾ ਥੱਲੇ ਗਿੱਲਾ ਹੋ ਜਾਂਦਾ ਨਾ, ਤੁਸੀਂ ਕੱਪੜਾ ਗਿੱਲਾ ਕਰੋ ਤੇ ਚੁੱਕੋ, ਉਹ ਚੁੱਕੋ ਤੁੱਕ ਕੇ ਪਾਣੀ ਦੇ, ਮੁੜ ਕੇ ਉਹ ਗੁੱਛੇ ਨੂੰ ਉੱਤੇ ਖਿੱਚਦੀ ਹੈ ਜਿਹੜੀ ਨਿੱਕੀਆਂ ਨਿੱਕੀਆਂ ਚੁੰਨੀ ਦੀਆਂ ਲੀਰਾਂ ਦੀ ਰੱਸੀ ਬਣਾਈ ਹੈ, ਉਹ ਗੁੱਛਾ ਪਕੜਦੀ ਹੈ ਤੇ ਕੁੱਤੀ ਦੇ ਬੱਚਿਆਂ ਦੇ ਮੁੱਖ ਵਿੱਚ ਆਉਂ ਨਚੋੜਦੀ ਹੈ, ਉਹ ਪਾਣੀ ਪੀਂਦੇ ਨੇ, ਉਸ ਕੁੱਤੀ ਦੇ ਮੁੱਖ 'ਚ ਪਾਣੀ ਨਚੋੜਦੀ ਹੈ ਉਹ ਪੀਂਦੇ ਨੇ, ਫਿਰ ਉੱਥੋਂ ਪਿਆਉਂਦੀ ਹੈ, ਫਿਰ ਪਿਆਉਂਦੀ ਹੈ, ਫਿਰ ਪਿਆਉਂਦੀ ਹੈ, ਫਿਰ ਪਾਉਂਦੀ। ਘੰਟਾ ਲੱਗ ਗਿਆ, ਕੁਝ ਅੱਗੇ ਲੇਟ, ਕੁਝ ਇਹ ਦਇਆ ਦੇ ਕਾਰਜ ਕਰਕੇ ਲੇਟ। ਇਤਿਹਾਸ ਹੈ ਕਿ ਸਾਰੇ ਇਕੱਠ ਦੇ ਨਾਲ ਜਦੋਂ ਇਬਰਾਹੀਮ ਉਸ ਕਾਬੇ ਵਾਲੀ ਜਗ੍ਹਾ ਤੇ ਪਹੁੰਚੇ ਤੇ ਹੈਰਾਨ ਹੋ ਗਏ ਕਿ ਅੱਗੇ ਕਾਬੇ ਦੇ ਦਰਸ਼ਨ ਹੀ ਨਹੀਂ ਹੋ ਰਹੇ। ਹੁਣ ਤੁਸੀਂ ਕਿਤੇ ਸੋਚੋ ਇੱਥੇ ਕਰਕੇ ਗੁਰਦੁਆਰਾ ਹੈ ਤੇ ਉਹ ਗੁਰਦੁਆਰਾ ਲੱਭੇ ਹੀ ਨਾ ਜਾ ਰਿਹਾ, ਉਹ ਕਾਬਾ ਨਜ਼ਰ ਹੀ ਨਾ ਆਵੇ, ਉਹਦੇ ਦਰਸ਼ਨ ਹੀ ਨਾ ਹੋਣ। ਤੇ ਇਬਰਾਹੀਮ ਬੇਨਤੀ ਕਰਦਾ, ਕਹਿੰਦੇ ਅੱਲਾ ਇੱਥੇ ਕਰਕੇ ਕਾਬਾ ਸੀ, ਤੇ ਕਾਬਾ ਕਿੱਥੇ ਹੈ, ਦਰਸ਼ਨ ਹੀ ਨਹੀਂ ਹੋ ਰਹੇ। ਕਹਿੰਦੇ ਅਗੋਂ ਆਕਾਸ਼ਵਾਣੀ ਹੋਈ, ਕਹਿੰਦੇ ਤੁਹਾਡੇ ਹੀ ਕੈਂਪ ਦੀ ਇੱਕ ਲੜਕੀ ਰਾਵੀਆ ਗੁਲਾਮ, ਉਹ ਦਇਆ ਦੇ ਕਾਰਜ ਵਿੱਚ ਲੇਟ ਹੋ ਗਈ ਏ, ਲੇਟ ਹੋ ਗਈ ਏ, ਕੁੱਤੀ ਤੇ ਉਹਦੇ ਬੱਚਿਆਂ ਨੂੰ ਪਿਆਸਿਆਂ ਨੂੰ ਆਪਣੀ ਚੁੰਨੀ ਆਪਣੇ ਬਸਤਰ ਪਾੜ ਕੇ ਰੱਸੀ ਬਣਾ ਕੇ ਪਾਣੀ ਪਿਆਇਆ, ਉਹ ਲੇਟ ਹੋ ਗਈ ਏ, ਤੇ ਕਾਬਾ ਜਿਹੜਾ ਹੈ ਉਸ ਰਾਵੀਆ ਨੂੰ ਉਸ ਜਗ੍ਹਾ ਤੇ ਦਰਸ਼ਨ ਦੇਣ ਗਿਆ ਹੈ। ਇਹ ਕੋਈ ਗਾਥਾ ਨਹੀਂ, ਇੱਕ ਇਤਿਹਾਸਕ ਬਾਤ ਹੈ, ਇਤਿਹਾਸਕ ਗੱਲ ਹੈ। ਜਿਵੇਂ ਨਾਮਦੇਵ ਵੇਲੇ ਦੇਵਰੇ ਦਾ ਮੁੱਖ ਫਿਰ ਗਿਆ, ਗੁਰੂ ਨਾਨਕ ਸਾਹਿਬ ਵੇਲੇ ਮੱਕਾ ਫਿਰ ਗਿਆ, ਆਪ ਸਤਨਾਮ ਹਾਂ, ਇਹ ਕਾਬਾ ਵੀ ਸੱਠ ਕੋਹ ਅੱਗੇ ਆ ਗਿਆ
ਰਾਵੀਆ ਤੂੰ ਲੇਟ ਹੋ ਗਈ ਏ, ਤੇਰੀ ਦਇਆ ਤੋਂ ਖੁਸ਼ ਹੋ ਕੇ ਮੈਂ ਤੈਨੂੰ ਦਰਸ਼ਨ ਇੱਥੇ ਦੇਣ ਆ ਗਿਆ। ਦਇਆ ਕਿੱਡੀ ਵੱਡੀ ਹੋਈ, ਅੱਜ ਇੱਕ ਬੈਟਰੀ ਚਾਰਜ ਕਰਕੇ ਜਾਣ, ਹੋਰ ਇਹਨੂੰ ਫੀਲ ਨਾ ਕਰਨਾ। ਜਿਹੜੇ ਆਪਣੀ ਜਵਾਨ ਦੇ ਸਵਾਦ ਲਈ ਕਈ ਰੱਬ ਦੇ ਜੀਆਂ ਦਾ ਕਤਲ ਕਰਦੇ ਸਰੀਰ ਦਾ, ਇੱਕ ਕੁੱਤੀ ਤੇ ਉਹਦੇ ਬੱਚਿਆਂ ਨੂੰ ਪਾਣੀ ਪਿਆਉਣ ਦਾ ਜੇ ਐਡਾ ਵੱਡਾ ਪੁੰਨ ਹੋ ਸਕਦਾ, ਐਡਾ ਵੱਡਾ ਪ੍ਰਤਾਪ ਹੋ ਸਕਦਾ ਕਿ ਕਾਬਾ ਸੱਟ ਕੋ ਅੱਗੇ ਆ ਜੇ, ਕਿਤੇ ਤੋਂ ਅੰਦਾਜ਼ਾ ਲਾ ਲਓ ਕਿ ਜੇ ਸਰੀਰਕ ਕਰਕੇ ਪਸ਼ੂਆਂ ਦੇ ਵੀ ਦਇਆ ਦੀ ਐਡਾ ਵੱਡਾ ਮਹੱਤਵ ਹੈ, ਤੇ ਉਹਨਾਂ ਨੂੰ ਜੇ ਕੋਈ ਜਵਾਨ ਦੇ ਸਵਾਦ ਲਈ ਖਾਂਦਾ ਤੇ ਐਡਾ ਵੱਡਾ ਪਾਪ ਵੀ ਹੋਏਗਾ। ਹੱਕ ਸਤਨਾ ਇਬਰਾਹਿਮ ਜਦੋਂ ਬੇਨਤੀਆਂ ਕੀਤੀਆਂ ਤੇ ਕਾਸ਼ਵਾਣੀ ਹੋਈ ਕਿ ਕਾਬਾ ਉੱਥੇ ਗਿਆ ਦਰਸ਼ਨ ਦੇਣ, ਕਾਬਾ ਚੱਲ ਗਏ। ਕਹਿੰਦੇ ਇਬਰਾਹਿਮ ਆਪਣੇ ਕੈਂਪ ਦੇ ਨਾਲ ਵਾਪਸ ਆ ਰਿਹਾ, ਉਸ ਰਾਵੀਆ ਗੁਲਾਮ ਲੜਕੀ ਉਸ ਜਗ੍ਹਾ ਤੇ, ਜਦੋਂ ਅੱਗੇ ਆਇਆ ਤੇ ਹੈਰਾਨ ਹੋ ਗਿਆ ਕਿ ਉਹ ਗੁਲਾਮ ਲੜਕੀ ਰਾਵੀਆ ਚੌਂਕੜਾ ਮਾਰ ਕੇ ਅੱਲਾ ਦੇ ਪਿਆਰ ਵਿੱਚ ਨੇਤਰ ਬੰਦ ਨੇ ਤੇ ਜੁੜੀ ਪਈ ਹੈ, ਜੁੜੀ ਪਈ ਹੈ। ਹੁਣ ਕੁਝ ਲਫ਼ਜ਼ ਮੈਂ ਇੱਥੇ ਖੁੱਲ ਕੇ ਨਹੀਂ ਬੋਲ ਲਿਆ, ਕਈ ਜਗ੍ਹਾ ਲਿਖਣ ਵਿੱਚ ਇਹ ਵੀ ਹੈ ਵੀ ਬਸਤਰ ਜਿਹੜੇ ਕੁਝ ਫਟ ਗਏ ਸੀ ਤੇ ਗਲੇ ਤੱਕ ਉਹ ਰਾਵੀਆ ਰੇਤ 'ਚ ਬੈਠੀ ਸੀ, ਸਿਰਫ ਉਤਲੀ ਚੀਜ਼ ਬਾਹਰ ਸੀ, ਬਾਕੀ ਰੇਤ ਨਾ ਟਕਿਆ। ਕਈ ਜਗ੍ਹਾ ਵੀ ਲਿਖਦੇ ਮਾੜਾ ਇਸ਼ਾਰਾ ਦੇਣਾ ਪੈਂਦਾ ਕਿ ਗਲਾ ਹੀ ਬਾਹਰ ਸੀ, ਕੁਝ ਸਮਝ ਲਓ। ਕਹਿੰਦੇ ਇਬਰਾਹਿਮ ਜਦੋਂ ਸਾਰੇ ਗਰੁੱਪ ਸਮੇਤ ਵਾਪਸ ਆਏ, ਰਾਵੀਆ ਨੂੰ ਵੱਡੀ ਵੱਡੀ ਪ੍ਰਾਪਤੀ ਹੋ ਗਈ, ਕਾਬਾ ਨੂੰ ਦਰਸ਼ਨ ਦੇਣ ਚਲਾ ਗਿਆ। ਅੱਗੇ ਆ ਕੇ ਇੱਕ ਹੋਰ ਹੈਰਾਨਗੀ ਦੀ ਹੱਦ ਨਾ ਰਹੀ ਕਿ ਰਾਵੀਆ ਅੱਲਾ ਦੀ ਯਾਦ ਵਿੱਚ ਜੁੜੀ ਪਈ ਏ, ਅੱਖਾਂ ਬੰਦ ਨੇ, ਤੇ ਬੜਾ ਹੈਰਾਨ ਹੋਏ ਇਬਰਾਹਿਮ ਕੀ ਵੇਖ ਕੇ ਕਿ ਵਿਰੋਧੀ ਜਾਨਵਰ, ਸੁਣਿਆ ਗਿਆ ਵਿਰੋਧੀ ਜਾਨਵਰ ਕੋਲ ਬੈਠੇ ਆ। ਵਿਰੋਧੀ ਜਾਨਵਰ ਸਮਝ ਲੈਣਾ, ਇਤਿਹਾਸ ਲਿਖਿਆ ਹੀਰਨ ਤੇ ਬਗਿਆੜ ਵਿਰੋਧੀ ਨੇ, ਸ਼ੇਰ ਤੇ ਬੱਕਰੀ ਵਿਰੋਧੀ ਨੇ, ਸ਼ੇਰ ਛੱਡਦਾ ਨੀ ਬੱਕਰੀ, ਬਗਿਆੜ ਛੱਡਦਾ ਹੀ ਨੀ ਹੀਰਨ। ਕਹਿੰਦੇ ਜਦੋਂ ਇਬਰਾਹਿਮ ਵਾਪਸ ਆਏ ਤੇ ਰਾਵੀਆ ਜੁੜੀ ਪਈ ਹੈ, ਆਪਣੇ ਆਪ ਨੂੰ ਜਿਵੇਂ ਵੀ ਢੱਕ ਕੇ, ਸ਼ੇਰ ਵੀ ਬੈਠਾ ਬੱਕਰੀ ਵੀ, ਬਗਿਆੜ ਵੀ ਬੈਠਾ ਹੀਰਨ ਵੀ, ਵਿਰੋਧੀ ਜਾਨਵਰ। ਇਬਰਾਹਿਮ ਅੱਲਾ ਅੱਗੇ ਪੁਕਾਰ ਕਰਦਾ, ਐ ਅੱਲਾ ਮੈਂ ਕੀ ਵੇਖ ਰਿਹਾ, ਜਿਹੜਾ ਸ਼ੇਰ ਕਦੀ ਬੱਕਰੀ ਨੂੰ ਛੱਡਦਾ ਨੀ ਇਕੱਠੇ ਬੈਠੇ, ਜਿਹੜਾ ਬਗਿਆੜ ਜਿਹੜਾ ਉਹ ਕਿਤੇ ਹੀਰਨ ਨੂੰ ਛੱਡਦਾ ਨਹੀਂ, ਤੇ ਇਹ ਵਿਰੋਧੀ ਜਾਨਵਰ ਵੀ ਰਾਵੀਆ ਦੇ ਆਸੇ ਪਾਸੇ ਇਕੱਠੇ ਬੈਠੇ ਤੇ ਕੋਈ ਆਕਾਸ਼ਵਾਣੀ ਪਤਾ ਕੀ ਹੋਈ। ਕਹਿੰਦੇ ਇਹਦੀ ਦਇਆ ਦੀਆਂ ਤਰੰਗਾਂ ਨਾਲ, ਇਹਦੀ ਸਿਮਰਨ ਦੀਆਂ ਤਰੰਗਾਂ ਦੇ ਨਾਲ ਇਹਨਾਂ ਜਾਨਵਰਾਂ ਦੇ ਅੰਦਰੋਂ ਵੀ ਵਿਰੋਧ ਨਿਕਲ ਗਿਆ, ਵਿਰੋਧ ਨਿਕਲ ਗਿਆ। ਔਰ ਮੈਂ ਇੱਕ ਇਸ਼ਾਰਾ ਜਿਹਾ ਹੀ ਦਿੰਦਾ, ਇਹ ਚੀਜ਼ਾਂ ਗੁਰੂ ਨਾਨਕ ਸਾਹਿਬ ਵੱਲੋਂ ਵੀ ਵਰਤੀਆਂ। ਗੁਰੂ ਨਾਨਕ ਮਹਾਰਾਜ ਜਦੋਂ ਸ਼ਬਦ ਦੀ ਤਰੰਗ ਛੇੜਦੇ ਸੀ ਤੇ ਮਰਦਾਨਾ ਜੀ ਕਿਰਪਾ ਕਰਦੇ ਸੀ, ਜਦੋਂ ਰਬਾਬ ਨਾਲ ਤੇ ਗੁਰੂ ਨਾਨਕ ਸਾਹਿਬ ਜਦੋਂ ਕੀਰਤਨ ਕਰਦੇ ਸੀ ਨਾ, ਉਦੋਂ ਵੀ ਕਿਤਨੀਆਂ ਸਾਖੀਆਂ ਨੇ ਕਿ ਵਿਰੋਧੀ ਜਾਨਵਰ ਆ ਕੇ ਨਾ ਬਹਿ ਜਾਂਦੇ ਸੀ ਤੇ ਮਰਦਾਨਾ ਕੋਈ ਗੱਲ ਨੀ, ਬਾਬਾ ਆਪਸ ਚ ਵਿਰੋਧੀ ਜਾਨਵਰ ਵੀ। ਬਾਬਾ ਨਾਨਕ ਕਹਿੰਦੇ ਸੀ ਮਰਦਾਨਿਆਂ, ਇਹ ਸ਼ਬਦ ਦੀ ਕਿਰਪਾ ਹੈ, ਇਹ ਸ਼ਬਦ ਦਾ ਪ੍ਰਤਾਪ ਹੈ ਕਿ ਸ਼ਬਦ ਦੇ ਪ੍ਰਤਾਪ ਨਾਲ ਇਹਨਾਂ ਦਾ ਆਪਣਾ ਵਿਰੋਧ ਵੀ ਜਿਹੜਾ ਨਾ ਉਹ ਨਿਰਮਲ ਹੋ ਗਿਆ। ਹੱਪ ਸਤਨਾ ਸ਼ਬਦ ਦੀ ਕਿਰਪਾ, ਅੰਦਰੋਂ ਬਹਿ ਨਿਕਲ ਗਿਆ ਇਹਨਾਂ ਦਾ ਵੀ। ਕਹਿੰਦੇ ਇਬਰਾਹਿਮ ਹੈਰਾਨ ਹੋ ਗਏ ਤੇ ਜਦੋਂ ਬੇਨਤੀਆਂ ਕੀਤੀਆਂ ਤੇ ਆਕਾਸ਼ਵਾਣੀ ਹੋਈ, ਇਬਰਾਹਿਮ ਇਹਦੀ ਦਇਆ ਕਰਕੇ ਉਹ ਤਰੰਗਾਂ, ਇਹਦੇ ਜੁੜਨ ਕਰਕੇ ਉਹ ਤਰੰਗਾਂ, ਕਿ ਇਹਨਾਂ ਜਾਨਵਰਾਂ ਦੇ ਅੰਦਰੋਂ ਵੀ ਆਪਣਾ ਵਿਰੋਧ ਖਤਮ ਹੋ ਗਿਆ। ਅੰਦਾਜ਼ਾ ਲਾ ਲਓ ਦਇਆ ਕਿੱਡੀ ਵੱਡੀ ਦਾਤ ਹੈ, ਤੇ ਕਾਬਾ ਵੀ ਸੱਟ ਕੋ ਦਰਸ਼ਨ ਦੇਣ ਆ ਗਿਆ। ਔਰ ਤੁਹਾਡੇ ਤੇ ਮੇਰੇ ਵਾਸਤੇ
ਆ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤੇ ਕੋਈ ਨਹੀਂ। ਕਦੀ ਇੱਥੇ ਹੱਥ ਜੋੜ ਕੇ ਪੁੱਛੀਏ ਜੀ ਪਹਿਲੀ ਦਇਆ ਕਿਸੇ ਦੇ ਸਰੀਰ ਕਰਕੇ, ਸਰੀਰ ਕਰਕੇ ਦਇਆ ਕੀ ਨਹੀਂ ਹੋਣੀ ਵੀ ਇੱਕ ਪਿਆਸੀ ਕੁੱਤੀ ਤੇ ਉਹਦੇ ਬੱਚਿਆਂ ਨੂੰ ਆਪਣੇ ਵਸਤਰਾਂ ਤੱਕ ਚੁੰਨੀ ਬਣਾ ਕੇ ਰੱਸੀ ਬਣਾ ਕੇ ਤੇ ਉਹਦਾ ਜਲ ਉਹਨਾਂ ਦੇ ਮੁੱਖ ਵਿੱਚ ਪਾਇਆ ਨਿਚੋੜ ਨਿਚੋੜ ਕੇ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਤੇ ਉਹ ਇਹਦੇ ਤੇ ਮੋਹਰ ਲਾਉਂਦੇ ਆ ਕਹਿੰਦੇ ਇਹ ਤੇ ਕਾਬਾ ਚੱਲ ਕੇ ਆ ਗਿਆ ਸੱਠ ਕੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਦਇਆ ਕਰ ਲੈ ਦਇਆ ਕਰ ਲੈ, ਜੇ ਘਰੋਂ ਨਹੀਂ ਵੀ ਨਿਕਲਿਆ ਤੈਨੂੰ ਘਰ ਬੈਠੇ ਖਾੜ ਤੀਰਥਾਂ ਦਾ ਇਸ਼ਨਾਨ ਤੇਰੇ ਘਰ ਫਲ ਮਿਲ ਜਾਏਗਾ।